बाकी मार्केट देखिए की रेट मिलते एक ही रेट है 17 लाख ठीक है जी। हुण तुसीं अपना इहनूं लोड करके खड़न लगे हो ते तुहानूं मुबारक होवे जी। नाल किहड़े भाई आए जी? लियाक साहब आए जी, कसूर तो आए आ ते नाल भाई रियाज है जी। ये छत लाग देण इहनूं ते भाई जी ट्रैक्टर रेट सुण के ते बहार चढ़ गया। हाँ जी, हुण इहनूं दो गोलियां देण लगे आ वी चलो इहदा बहार लै जावे। सुण के ते इहनूं बहार चढ़िया पिया सुबह दा ये बन की गया जेड़ा कोई लाख डेढ़ नाल पिया है। मैं उसी को होर चीज लेने दा के 85 लग जांदा सी, हुण 60 लेके चले। 2020 मॉडल जनाब असी 15 लाख ते 15,000 दा लेके गए। हां जी, ते अज ये 17 लाख रुपए दा 60 ट्रैक्टर होया। चंगा कीता तुसीं नकदा ही लै गए हो। जिन्हां ने पुराने बुक कराए ना उन्हां नूं भी महंगे हो गए ने। उन्हां ते भी जिन्हां दा डिलीवर नहीं ना ट्रैक्टर बाहर नहीं निकलिया कंपनी, उन्हां दा भी महंगा हो गया। उत्थे ही उन्हां नूं पैसे वध देने पैणे आ। हुण जिहड़ा बुक करवाए ने मिल्लत नूं पैसे वध देने पैणे। हां जी, तुसीं मौके ते लै लिया। चलो ट्राले ट्रैक्टर महंगे हो गए किस तरह ट्रैक्टर ਕੁਆਲਿਟੀ ਤੇ ਉਹੀ ਹੈ। ਕੁਆਲਿਟੀ ਤੇ ਕੋਈ ਫਰਕ ਨਹੀਂ ਪਾਇਆ ਨੇ। ਹਾਂਜੀ, ਬਾਕੀ ਜ਼ਿਮੀਦਾਰ ਲਈ ਜਾਂਦੇ ਨੇ ਜਿਵੇਂ ਦਾ ਵੀ ਹੋਵੇ, ਉਹਨਾਂ ਦਾ ਬਗਾਰ ਨੂੰ ਗੁਜ਼ਾਰਾ ਹੀ ਨਹੀਂ। ਜਦੋਂ ਮੈਂ ਅੱਗੇ ਆਖਣੀ ਨੱਕਾ ਟੁੱਟ ਜਾਣਾ ਹੈ, ਤਾਂ ਨੱਕਾ ਟੁੱਟ ਗਿਆ ਤੇ ਪਾਣੀ ਪਾਣੀ ਹੋ ਗਿਆ ਚਾਰ ਸਵੇਰੇ। ਹੁਣ ਚਾਰ ਹੁਣ ਐਪ ਜਰ ਆਇਆ ਤੇ ਸੋਚ ਸੋਚ ਕੇ ਬਾਹਰ ਜਿਹੜਾ ਪਾਉਣੇ ਨੂੰ ਗੱਡੀ ਚਲਾਇਆ ਸੀ, ਦੁਆ ਤੂੰ ਲੈਂਦੀ ਹੈ। ਜ਼ਿਮੀਦਾਰ ਇਹ ਨਾ ਸੋਚੇ ਕਿ ਟਰੈਕਟਰ ਸਸਤੇ ਹੋਣੇ ਆ ਭਾਈ। ਟਰੈਕਟਰ ਦਾ ਸਾਹਮਣੇ ਮਿਲਤ ਫੈਕਟਰੀ ਹੈ ਇੱਧਰ। ਇਹ ਗੱਲ ਨਹੀਂ ਸੋਚਦੇ ਜ਼ਿਮੀਦਾਰਾਂ, ਅੰਦਰ ਵੀ ਨਹੀਂ ਜਾਣ ਦਿੰਦੇ ਜ਼ਿਮੀਦਾਰ, ਸਿਰਫ ਡੀਲਰ ਜਾ ਸਕਦਾ ਹੈ। किन्ने बंदे आओ ट्रैक्टर लैण? अज ਅਜੀ 4-5 ਬੰਦੇ ਆਏ ਆ। ਦੂਸਰੇ ਕਿਹੜੇ ਭਾਈ ਨੇ? ਆ ਭਾਈ ਖੜੇ ਨੇ ਸਾਹਮਣੇ। ਆ ਭਾਈ ਹੈ ਜੀ, ਭਾਈ ਅਮਜਦ ਹੈ, ਯਾਸ ਹੈ, ਭਾਈ ਲਿਆਸ ਹੈ। ਸਹੀ, ਭਾਈ ਯਾਸ ਵੀ ਮਾਸ਼ਾਅੱਲਾ ਜੀ, ਇਹਨੂੰ ਚੜਾਉਣ ਵਾਸਤੇ ਆਏ ਟਰੈਕਟਰ ਨੂੰ। ਜੀ ਜੀ, ਇਧਰ ਵੀ ਕੋਈ ਬਿਆਨ ਮਾੜਾ ਜਿਹਾ ਸੁਣ ਲਓ। ਹਾਜੀ ਸਾਹਿਬ ਸੁਣੋ, ਹਾਜੀ ਸਾਹਿਬ, ਹਾਜੀ ਸਾਹਿਬ, ਟਰੈਕਟਰ ਤੇ ਮਹਿੰਗੇ ਹੋ ਗਏ ਨੇ। ਹਾਜੀ ਸਾਹਿਬ ਨੂੰ ਤਾਂ ਨਾ 40,000 ਇੱਥੇ ਮਾਰਕੀਟ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਨੁਕਸਾਨ ਆਇਆ ਭਾਈ ਹੁਣਾਂ ਦਾ ਹੋਇਆ ਹੈ। ਨਾ ਟਰੈਕਟਰ ਵਿਕੇ ਤੇ ਨਾ ਇਹ ਕੁਝ ਲਾਉਣ ਉਹਦੇ ਤੇ। ਸਭ ਤੋਂ ਜ਼ਿਆਦਾ ਨੁਕਸਾਨ ਜਿਹੜੀ 200 ਵਾਲੀ ਸ਼ੈ ਸੀ 700 ਰੁਪਏ ਦੀ ਕਰ ਦਿੱਤੀ। ਹਾਂਜੀ, ਦਵਾਈਏ ਕੀ? ਦਵਾਈਏ ਕਿਸੋ? ਕਹਿੰਦੇ ਨਾ ਜ਼ਿਮੀਦਾਰਾਂ ਦਾ ਨੁਕਸਾਨ ਤੇ ਹੋਇਆ ਹੀ ਆ। ਉਹ ਤਾਂ ਫਿਰ ਵੀ ਘਰੋਂ ਰੋਟੀ ਖਾਂਦੇ ਅਸੀਂ ਇੱਥੇ ਬੈਠ ਖਾਂਦੇ ਆ। ਅੱਛਾ, ਤੇ ਸਾਡੀ ਚੀਜ਼ ਨਹੀਂ ਵਿਕਦੀ। ਚਲੋ ਜੀ, ਅੱਲਾ ਪਾਕ ਹਰ ਇੱਕ ਨੂੰ ਰੋਜ਼ੀ ਦੇ। ਅੱਲਾ ਦੇਵੇ ਜੀ, ਕਹਿੰਦੇ ਮੁਬਾਰਕ ਹੋਵੇ। ਤੁਹਾਨੂੰ ਮੁਬਾਰਕ ਹੋਵੇ ਜੀ, 260 ਟਰੈਕਟਰ ਲੈ ਕੇ ਜਾ ਰਹੇ ਹੋ ਇਸ ਮੁਸ਼ਕਲ ਹਾਲਾਤ ਦੇ ਵਿੱਚ। ਸਾਰੇ ਜ਼ਿਮੀਦਾਰ ਭਾਈ ਤੇ ਜਿੰਨੇ ਵੀ ਦੁਆ ਕਰਨ ਕਿ ਸਾਡੇ ਮੁਲਕ ਦੇ ਹਾਲਾਤ ਸਹੀ ਹੋਣ। ਆਮੀਨ। ਤੇ ਹੁਕਮਰਾਨ ਚੰਗੇ ਆਉਣ। ਟਰੈਕਟਰ ਲੋਡ ਕਰਨ ਵਾਸਤੇ ਵੀ ਸਪੈਸ਼ਲ ਬੰਦਾ ਹੈ ਜੀ, ਹਰ ਬੰਦੇ ਦਾ ਕੰਮ ਨਹੀਂ ਹੈ। ਸਲੰਸਰ ਪਹਿਲਾਂ ਲਾ ਲਿਆ ਜਾਂਦਾ ਤਾਂ ਕਿ ਉੱਤੇ ਟੱਚ ਨਾ ਕਰੇ। ਵੱਡਾ ਟਰੈਕਟਰ ਹੋਵੇ ਤਾਂ ਪਿਛਲੇ ਟਾਇਰਾਂ ਦੀ ਹਵਾ ਵੀ ਕੱਢੀ ਜਾਂਦੀ ਹੈ ਤਾਂ ਕਿ ਸਾਈਡਾਂ ਦੇ ਉੱਤੇ ਨਾ ਲੱਗੇ, ਸਾਈਡਾਂ ਦੇ ਨਾਲ ਨਾ ਲੱਗੇ। ਬਾਕੀ ਜੀ ਖੜ੍ਹੇ ਹਾਂ ਅਸੀਂ ਸ਼ੋਰੂਮ ਦੇ ਭਾਈ ਰਿਆਜ਼ ਜੱਟ ਸਾਹਿਬ ਅਤੇ
ਜਿਹਨਾਂ ਦੇ ਪਿੰਡ ਦੇ ਬੰਦੇ ਨੇ ਇਹਨਾਂ ਛੱਤ ਲਗਾ ਕੇ ਦਿੱਤੀ ਹੈ। ਮਿਲਰ ਟਰੈਕਟਰ ਦੇ ਬਿਲਕੁਲ ਸਾਹਮਣੇ ਬੰਦਾ ਵੜ ਤੇ ਗਿਆ, ਨਿਕਲਣਾ ਉੱਥੋਂ ਦੀ ਹੈ।